ਕਿੱਧਰ ਸੇ ਮੈਂ ਤੁਹਾਨੂੰ ਪੁੱਛ ਰਿਹਾ ਤੁਸੀਂ ਮੈਨੂੰ ਪੁੱਛ ਰਹੇ ਹੋ ਆਪ ਰਹੇ ਇਟ ਹੈਡ ਬੀਨ ਅਮਰੀਕਾ ਅਮਰੀਕਾ ਹੀ ਚਲੇ ਗਏ ਹਾਂ ਨਾਟ ਫॉर ਜੌਬ ਇਟ ਜਸਟ ਫॉर ਰੈਂਡਮਲੀ ਇਹਦਾ ਕੀ ਮਤਲਬ ਹੈ ਕੋਈ ਮਤਲਬ ਨਹੀਂ ਥਾ ਇਸ ਮੈਂ ਕਿਹਾ ਤੁਹਾਨੂੰ ਕਹਿ ਕੇ ਜ਼ਰਾ ਰੋਪ ਪਾਵਾਂ ਠੀਕ ਹੈ ਅਸਲੇ ਤੇ ਨਾ ਜੀ ਉਹ ਐਲਨ ਮਸਕ ਨਹੀਂ ਹੈਗਾ ਜਿਹੜਾ ਇਲਨ ਮਸਕ ਇਲਨ ਮਸਕ ਹੀ ਇਜ਼ ਮਾਈ ਗੁੱਡ ਫਰੈਂਡ ਯਾਰ ਨਾ ਕਰ ਉਹਦੇ ਨਾਲ ਮੇਰੀ ਕੱਚੀ ਹੋ ਗਈ ਮੈਂ ਨਾਰਾਜ਼ ਹੋ ਗਿਆ ਮੈਂ ਕਿਹਾ ਜਾ ਮੈਂ ਨਹੀਂ ਤੇਰੇ ਨਾਲ ਬੋਲਦਾ ਜੀ ਸਾਰੋ ਨੇ ਬੈਠੇ ਬੈਠੇ ਕਰਕੇ ਫਰਾਡ ਕਰ ਦਿੱਤਾ ਮੇਰੇ ਨਾਲ ਕਿਆ ਆ ਟਵਿੱਟਰ ਨਹੀਂ ਹੈਗਾ ਟਵਿੱਟਰ ਨੇ ਲੈ ਲਿਆ ਨਾ ਮੈਂ ਹੀ ਲੈ ਕੇ ਦਿੱਤਾ ਨਾ ਸਸਤਾ ਲੈ ਕੇ ਦਿੱਤਾ ਬੜਾ ਮਹਿੰਗਾ ਮਿਲ ਰਿਹਾ ਸੀ ਉਹ ਤੇ ਮੈਂ ਪੈਰੀ ਪੈ ਕੇ ਲੈ ਕੇ ਦਿੱਤਾ ਕਿਉਂਕਿ ਉਹਨੇ ਸ਼ੌਕ ਸੀ ਕਹਿੰਦਾ ਮੈਂ ਲੈਣਾ ਮੈਂ ਕਿਹਾ ਮੈਂ ਲੈਣਾ ਹੈ ਉਹਨੇ ਕਿਹਾ ਨਹੀਂ ਮੈਂ ਲੈਣਾ ਫਿਰ ਮੈਂ ਲੈ ਦਿੱਤਾ ਉਹਨੂੰ ਉੱਤੋਂ ਫਿਰ ਉਹਨੇ ਲਿਖ ਦਿੱਤਾ ਬਰਡ ਇਜ਼ ਫ੍ਰੀ ਮੈਂ ਕਿਹਾ ਯਾਰ ਵੈਰੀ ਗੁੱਡ ਹੋ ਗਿਆ ਵੀ ਹੁਣ ਤੇ ਬਰਡ ਇਜ਼ ਫ੍ਰੀ ਤੇ ਨਾਲ ਹੀ ਮੈਂ ਜਿਸਲੇ ਡਿਟੇਲ ਚ ਗਿਆ ਤੇ ਲਿਖਿਆ $8 ਮਹੀਨਾ ਯੈਸ ਮੈਂ ਕਿਹਾ ਯਾਰ ਇਹ ਕੀ ਗੱਲ ਹੋਈ ਜਦੋਂ ਲਿਖਿਆ ਬਰਡ ਇਜ਼ ਫ੍ਰੀ ਗਿਆ ਫਿਰ ਮੈਂ ਜਾ ਕੇ ਪੁੱਛਿਆ ਮੈਂ ਕਿਹਾ ਐਲਨ ਵਾਟ ਇਜ਼ ਦਾ ਮੀਨਿੰਗ ਆਫ ਦਿਸ ਦੋਗਲਾ ਪਾਲਿਸੀ ਮੈਨੂੰ ਕਹਿੰਦੇ ਨੇ ਅਬ ਮੈਨੇ ਪਾਕਿਸਤਾਨੀ ਉਸਤਾਦ ਰੱਖ ਲਈ ਹੈ ਕਹਿੰਦੇ ਪਾਕਿਸਤਾਨੀਓ ਨੇ ਮੈਨੂੰ ਸਭ ਸਿਖਾ ਦਿਆ ਹੈ ਕੀ ਸਸਤਾ ਬਾਜ਼ਾਰ ਦਾ ਬੋਰਡ ਲਗਾ ਕੇ ਸਾਰੀ ਚੀਜ਼ੇ ਮਹਿੰਗੀ ਕਹਿੰਦਾ ਮੈਂ ਸਮਝ ਗਿਆ ਦੇਖੋ ਨਾ ਪਾਕਿਸਤਾਨ ਦੇ ਵਿੱਚ ਸਮਰੀ ਵੇਚਦੇ ਨੇ ਪੈਟਰੋਲ ਦੀ ਉੱਤੇ ਲਿਖਿਆ ਹੁੰਦਾ ₹15 ਫਿਰ ਕਹਿੰਦੇ ਨੇ ਨਹੀਂ 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 ਜ਼ਿਆਦਤੀ ਹੈ ₹14.99 ਦੀ ਪਾਸ ਹੋ ਜਾਂਦੀ ਮੈਨੂੰ ਕਹਿੰਦੇ ਨੇ ਨਿਰਗੋਲੀ ਸੱਚ ਬਤਾਓ ਐਸਾ ਹੋਤਾ ਹੈ ਕਿ ਨਹੀਂ ਮੈਂ ਕਿਹਾ ਹਲਕੇ ਜੇ ਸਾਗ ਡਾਰ ਹੀ ਲੱਗੇ ਹੋ ਕਹਿੰਦੇ ਨੇ ਹੁਣ ਮੈਂ ਨਹੀਂ ਮਾਰ ਖਾਣੀ ਇਹਨਾਂ ਕੋਲੋਂ ਬੜੇ ਮੈਂ ਪੈਸੇ ਕਮਾਵਾਂਗਾ ਜਿਹੜਾ ਬੰਦਾ ਉਹਨੂੰ ਬਿਲ ਟਿਕ ਕਰਾਏਗਾ ਉਹ $8 ਦੇਗਾ ਓਏ ਹੋਏ ਤੇ ਜਿਹੜਾ ਸਾਦਾ ਯੂਜ਼ ਕਰੇ ਉਹਦੇ ਵਾਸਤੇ ਫ੍ਰੀ ਹੈ ਠੀਕ ਹੈ ਤੇ ਮੈਂ ਕਿਹਾ ਹੁਣ ਫਿਰ ਬਰਡ ਇਜ਼ ਫ੍ਰੀ ਹਾਂ ਮੈਨੂੰ ਕਹਿੰਦੇ ਨੇ ਸੋਹਣਿਆ ਅੱਜ ਕੇ ਇਸ ਦੌਰ ਮੇ ਨਥਿੰਗ ਇਜ਼ ਫ੍ਰੀ ਜੀ ਕਹਿੰਦਾ ਪੈਸਾ ਪੈਸੇ ਨੂੰ ਕਮਾਉਂਦਾ ਹੈ ਠੀਕ ਹੈ ਮੈਂ ਕਿਹਾ ਸਰ ਦੁਨੀਆ ਦੇ ਵਿੱਚ ਬੜੇ ਬੜੇ ਜ਼ਹੀਨ ਨੇ ਲੇਕਿਨ ਮੈਂ ਕਿਹਾ ਤੁਸੀਂ ਸਭ ਤੋਂ ਜ਼ਹੀਨ ਹੋ ਕਿਹਾ ਉਹ ਠਾਕਰ ਤੇ ਕੈਸੇ ਦੀ ਜਗ੍ਹਾ ਲੜਕੀਆਂ ਰੱਖ ਲਈਆਂ ਇਨਕੋ ਬੇਟੀ ਬੜੀ ਖੁਸ਼ੀ ਹੋ ਰਹੀ ਮੇਰੀ ਪਿਆਰੀ ਬੇਟੀ ਨੇ ਪੂਰੀ ਦੁਨੀਆ ਦੇ ਵਿੱਚ ਸਾਡਾ ਨਾਮ ਪੈਦਾ ਕੀਤਾ ਬਿਲਕੁਲ ਇਸ ਲਈ ਬੜੀ ਪਿਆਰੀ ਖਿਲਾੜੀ ਹੈਗੇ ਨੇ ਅੱਛਾ ਵੀ ਜਦੋਂ ਬੰਦਾ ਖਿਲਾੜੀ ਹੋਵੇ ਸਿਹਤ ਵੀ ਅੱਛੀ ਔਰ ਮੁਲਕ ਦਾ ਨਾਮ ਵੀ ਹੁੰਦਾ ਨਾਲੇ ਮਾਂ ਬਾਪ ਨੂੰ ਫਖਰ ਹੁੰਦਾ ਕਿ ਮੇਰੇ ਬੱਚੇ ਨੇ ਇਹਦਾ ਸੋਹਣਾ ਕੰਮ ਕੀਤਾ ਬਿਲਕੁਲ ਤੇ ਜ਼ਾਰਾ ਜੀ ਇੱਕ ਥੀ ਉਹ ਪਾਗਲ ਸੀ ਕੀ ਡਰਾਮਾ ਸੀ ਓਏ ਹੋਏ ਹੋਏ ਕੀ ਡਰਾਮਾ ਸੀ ਵੈਸੇ ਮਾਰਚਲ ਮੈਡਮ ਇੱਕ ਤਸਵੀਰ ਮੇਰੇ ਸਾਥ ਇਸ ਲਈ ਬਣਵਾ ਲੇ ਕਿ ਮੈਨੇ ਆਪਣਾ ਸੋਸ਼ਲ ਮੀਡੀਆ ਬਣਾ ਲਿਆ ਆਪਣਾ ਸੋਸ਼ਲ ਮੀਡੀਆ ਨਹੀਂ ਬਣਾਇਆ ਉਸ ਪੇ ਅਕਾਊਂਟ ਬਣਾਇਆ ਮੈਨੇ ਕਿਸੇ ਸੇ ਬਣਵਾਇਆ ਆਪ ਵੀ ਨਹੀਂ ਬਣਵਾਇਆ ਮੈਂ ਕਿਹਾ ਉਹ ਪੈਸੇ ਜਮਾ ਕਰਾਵੇ ਮੈਂ ਕਿਉਂ ਕਰਾਂ ਮਗਰ ਸੋਸ਼ਲ ਮੀਡੀਆ ਇਹ ਕੀ ਹੈ ਐਕਸਕਿਊਜ਼ ਮੀ ਦੇਖੋ ਨਾ ਜੀ ਇਹ ਹੁਣ ਆਣਗੇ ਫਲਾਵਰ ਫਲਾਵਰ ਮੈਨੂੰ ਤਾਂ ਫੁੱਲ ਹੀ ਆਉਂਦੇ ਨੇ ਸਹੀ ਗੱਲ ਉਹ ਮੈਂ ਜਦ ਆਪਣਾ ਤਸਵੀਰ ਲੈਣਾ ਕੋਈ ਦਿਲ ਬਣਾ ਦਿੰਦਾ ਕੋਈ ਫੂਲ ਬਣਾ ਦਿੰਦਾ ਮੈਂ ਵਾਟ ਸ਼ੁਡ ਆਈ ਡੂ ਕਿ ਉਹਦੇ ਤੇ ਲੋਕ ਕਮੈਂਟਸ ਕਰਨ ਆਪ ਆਗੇ ਹਾਰਟ ਬਣਾ ਦਿਆ ਕਰੇ ਹਾਂ ਨਹੀਂ ਉਹ ਪਹਿਲੇ ਬੜੀ ਮੇਰੀ ਜ਼ਿੰਦਗੀ ਹਾਰਟ ਲੇਕਿਨ ਸਰ ਤੇਰੀ ਜ਼ਿੰਦਗੀ ਨੂੰ ਕਦੀ ਕੁਛ ਨਹੀਂ ਹੋ ਸਕਦਾ ਅੱਛਾ ਜੀ ਕਿਉਂਕਿ ਪੂਰੀ ਦੁਨੀਆ 'ਚ ਏਡਾ ਜ਼ਹੀਨ ਅਫਸਰ ਮੈਂ ਨਹੀਂ ਵੇਖਿਆ ਓ ਯਾਰ ਡਾਲੇ ਤੇ ਜਾ ਰਹੇ ਨੇ ਮੁਜਰਮ ਯਾਰ ਨਾ ਕਰ ਯਾਰ ਯਾਰ ਨਾ ਕਰ ਯਾਰ ਤਾਂ ਰਹਿੰਦੇ ਨੇ ਫਿਰ ਮੁਜਰਮ ਨੂੰ ਫਰੈਂਡ ਤੇ ਬਣਾਇਆ ਤੇ ਆਪ ਪਿੱਛੇ ਬੈਠੇ ਨੇ ਮੈਂ ਕਿਹਾ ਕੀ ਕੀਤਾ ਇਹਦੇ ਚੁੱਪ ਕਰ ਪੈਟਰੋਲ ਉਹਨੇ ਪਵਾਇਆ